ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਖਾਸ ਤਨ ਵਿਕਲੇ ਪ੍ਰੋਗਰਾਮ ਸਾਝ ਵਿਚਾਰਾਂ ਦੇ ਵਿੱਚ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਜੀਉਂਦਾ ਗੁਰਾਂ ਦੇ ਨਾਤੇ ਜਿੱਥੇ-ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣੇ ਮੁਬਾਰਕ ਚਨ ਪਾਏ ਗੁਨਾਣਕ ਨਾਮਲੇਵਾ ਸਿੱਖ ਸੰਗਤਾਂ ਨੇ ਗੁਰੂ ਸਾਹਿਬਾਨਾਂ ਦੇ ਉਹਨਾਂ ਸਥਾਨਾਂ ਨੂੰ ਨਵਿਨੀਕਰਨ ਦਿੱਤਾ ਜੀ ਹਾਂ ਉਹ ਸਥਾਨ ਸਥਾਪਿਤ ਕਰ ਦਿੱਤੇ ਜਿੱਥੇ ਪਾਤਸ਼ਾਹ ਨੇ ਆਪਣੇ ਮੁਬਾਰਕ ਚਨ ਪਾਏ ਪਰੰਤੂ ਜੇਕਰ ਪੰਜਾਬ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਪੰਜਾਬ ਤੋਂ ਬਾਹਰ ਅਗਲੇ ਰਾਜਾਂ ਦੀ ਗੱਲ ਕੀਤੀ ਜਾਵੇ ਹਰਿਆਣਾ ਹਿਮਾਚਲ ਜਾ ਫਿਰ ਕੋਈ ਇਹੋ ਜਿਹਾ ਸਥਾਨ ਜਿੱਥੇ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਚਨ ਪਾਏ ਜਾਂ ਜਿੱਥੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ ਉੱਥੇ ਵੀ ਸਥਾਨ ਸਥਾਪਿਤ ਕੀਤੇ ਗਏ ਅੱਜ ਜਿਹੜਾ ਵਿਸ਼ਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਪੰਜਾਬ ਤੋਂ ਬਾਹਰ ਜਿੰਨੇ ਗੁਰਦੁਆਮ ਨੇ ਉਹਨਾਂ ਗੁਰਦੁਆਮਾਂ ਦੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਕੀ ਰੂਪਰੇਖਾ ਹੈ ਪਰਵੰਦ ਕਿਸ ਤਰ੍ਹਾਂ ਦਾ ਹੈ ਜੀ ਹਾਂ ਇਸ ਪੂਰੇ ਵਿਸ਼ੇ ਨੂੰ ਖੋਲਣ ਲਈ ਅੱਜ ਸਾਡੇ ਕੋਲ ਪਹੁੰਚੇ ਨੇ ਸਾਡੇ ਪੰਥ ਦੀ ਬੜੀ ਪਿਆਰੀ ਸ਼ਖਸ਼ੀਅਤ ਸਾਡੇ ਅਤਿ ਸਤਿਕਾਰਯੋਗ ਸਰਦਾਰ ਪ੍ਰਗਟ ਸਿੰਘ ਜੀ ਕਰਨਾਲ ਤੋਂ ਤੇ ਸਦਾ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਵਾਲੇ ਤੁਹਾਡਾ ਸਵਾਗਤ ਜੀ ਫਤਿਹ ਸਾਜ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਸਿੰਘ ਸਭ ਤੋਂ ਪਹਿਲਾਂ ਤੁਹਾਡ ਤੋਂ ਮੈਂ ਸ਼ੁਭਕਾਮਨਾਵਾਂ ਕਰਨਾ ਚਾਹਾਂਗਾ ਤੁਸੀਂ ਉਸ ਪਾਵਨ ਸਥਾਨ ਤੇ ਬੈਠੇ ਹੋ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਇੱਕ ਨਹੀਂ ਅਨੇਕਾ ਗੁਰਸਹਿਬਾਨਾਂ ਨੇ ਉਸ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ ਗੁਰਸਿੱਖਾਂ ਦਾ ਫਰਜ਼ ਵੀ ਹੈ ਗੁਰੂ ਦੀ ਯਾਦ ਨੂੰ ਸਥਾਪਿਤ ਕਰਨਾ ਅੱਜ ਇਕ ਗੁਰਸਬਾਨਾਂ ਦੇ ਸਥਾਨਾਂ ਬਾਰੇ ਚਾਤਮਾਰੀ ਜਾਵੇ ਅੱਜ ਕਾਰ ਸੇਵਾ ਦੇ ਨਾਂ ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ ਬੜੇ ਸੁੰਦਰ ਸੁੰਦਰ ਇਮਾਰਤਾਂ ਤਿਆਰ ਕੀਤੀਆਂ ਗਈਆਂ ਕਿਤੇ ਇਹ ਤਾਂ ਨਹੀਂ ਨਵੀਨੀਕਰਨ ਦੇ ਵਿੱਚ ਸਾਡੀ ਜਿਹੜੀ ਸਿੱਖ ਵਿਰਾਸਤ ਸੀ ਜਿਹੜਾ ਸਾਡਾ ਵਿਰਸਾ ਸੀ ਅਲੋਪ ਹੋ ਚੁੱਕਾ ਹੈ ਬਿਲਕੁਲ ਅਸੀਂ ਨਵੀਨੀਕਰਨ ਦੇ ਨਾਂ ਹੇਠ ਜਿੰਨੀਆਂ ਵੀ ਸਾਡੀਆਂ ਪੁਰਾਣੀਆਂ ਇਮਾਰਤਾਂ ਸੀ ਜਿਦੇ ਨਾਲ ਕੋਈ ਨਾ ਕੋਈ ਪਾਵਨਾ ਜੁੜੀ ਸੀ ਸਿਕਸ ਹੰਤਾ ਦੀ ਭਾਵਨਾ ਜੁੜੀ ਸੀ ਜਿੰਨੇ ਹੋਰ ਯਾਤਰੀ ਉਥੇ ਸ਼ਰਧਾਲੂ ਆਉਂਦੇ ਸੀ ਪੁਰਾਣੇ ਸਮੇਂ ਚ ਜੀ ਜੇ ਅਸੀਂ ਅੱਜ ਗੱਲ ਕਰਦੇ ਆਂ ਕੱਚੀ ਗੜੀ ਦੀ ਤੇ ਜਦੋਂ ਸਾਡੇ ਬੱਚੇ ਅੱਜ ਉਸ ਸਥਾਨ ਤੇ ਚਮਕੌਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਆ ਉਹ ਅੱਲਾ ਜਾਰਖੰਡ ਯੋਗੀ ਦੇ ਲਿਖੇ ਇਤਿਹਾਸ ਨੂੰ ਪ੍ਰਚਾਰਕਾਂ ਦੀ ਜ਼ੁਬਾਨ ਤੋਂ ਤਾਂ ਸੁਣ ਲੈਂਦੇ ਆ ਪਰ ਜਦੋਂ ਬੱਚਾ ਸਾਨੂੰ ਪੁੱਛਦਾ ਅੱਜ ਕਿ ਇੱਕ ਕੱਚੀ ਗੜੀ ਸੀ ਤੇ ਉਹਦੀ ਕੋਈ ਵਿਰਾਸਤ ਅਸੀਂ ਸਾਂਭੀ ਨਹੀਂ ਸਕੇ ਪਰ ਜੇ ਅੱਜ ਇਤਿਹਾਸ ਦਾ ਵਿਦਿਆਰਥੀ ਉਹਦੀ ਕੋਈ ਸਟੱਡੀ ਕਰਦਾ ਹੈ ਉਸ ਸਥਾਨ ਦੇ ਦਰਸ਼ਨ ਕਰਨ ਜਾ ਰਿਹਾ ਤੇ ਉਹਨੂੰ ਉਸ ਸਥਾਨ ਤੋਂ ਉਹ ਚੀਜ਼ ਨਹੀਂ ਮਿਲਦੀ ਜਿਵੇਂ ਅਸੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ 베ਰੀਆਂ ਦੀ ਗੱਲ ਕਰਦੇ ਹਾਂ ਤੇ ਅੱਜ ਅਸੀਂ 베ਰੀਆਂ ਸਾਂਭੀਆਂ ਬਿਲਕੁਲ ਕਿਤੇ ਨਾ ਕਿਤੇ ਉਹ ਯਾਦ ਆਉਂਦੀ ਹੈ ਜੇ ਅਸੀਂ ਮੱਸਾ ਰੰਗੜ ਵਾਲੀ ਸਾਖੀ ਦਾ ਜ਼ਿਕਰ ਕਰਦੇ ਹਾਂ ਨਾ ਤੇ ਉਹ लाਚੀ 베ਰੀ ਦੇ ਨਾਲ ਘੋੜੇ ਬੰਨੇ ਦੇ ਦੀ ਜੇ ਅਸੀਂ ਗੱਲ ਕਰਦੇ ਆਂ ਜਾਂ ਅਸੀਂ ਪ੍ਰਾਤਨ ਇਤਿਹਾਸ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦੇ ਦਰਖਤ ਦੀ ਗੱਲ ਕਰਦੇ ਆਂ ਭਲਿਓ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਘਟਨਾ ਦੇ ਵਿੱਚੋਂ ਮਿਲਦੀ ਹੋਵੇ ਬਿਲਕੁਲ ਬਹੁਤ ਜਿਹੜੀਆਂ ਜਿਵੇਂ ਨਕੀ ਸੰਭਿਆਪੈ ਸਥਾਨਾਂ ਨੂੰ ਉਹਨਾਂ ਦਰਖਤਾਂ ਨੂੰ ਸੰਭਿਆ ਜਿਵੇਂ ਸੁਲਤਾਨਪੁਰ ਲੋਧੀ ਗੁਰਦੁਆਰਾ ਬੀਰ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਦੇ ਬਹੁਤ ਸਾਰੇ ਸਥਾਵਾਂ ਤੇ ਸਾਡੇ ਕੋਲ ਵਿਰਾਸਤੀ درخت ਨੇ ਜਿਹੜੇ ਅਸੀਂ ਸਾਂਭੇ ਨੇ ਤੇ ਬਹੁਤ ਥਾਵਾਂ ਤੋਂ ਸਾਡੇ ਕੋਲ ਅਲੋਪ ਵੀ ਹੋ ਗਏ ਨੇ ਪਰਗੋ ਸਿੰਘ ਤੁਸੀਂ ਪੰਜਾਬ ਤੋਂ ਬਾਹਰ ਜਿਹੜੇ ਗੁਰਦ ਆਮ ਨੇ ਜਿਨ੍ਹਾਂ ਸਥਾਨਾਂ ਤੇ ਗੁਰਸਹਿਬਾਨ ਨਾਲ ਆਪਣੇ ਮੁਬਾਰਕ ਚਰਨ ਪਾਏ ਗੁਰਸਿੱਖਾਂ ਨੇ ਉਹਨਾਂ ਦੇ ਸਥਾਨਾਂ ਦਾ ਵੀ ਬੜਾ ਸੋਨੇ ਟੱਗ ਦਾ ਨਵੰਨੀਕਰਨ ਕੀਤਾ ਤੁਸੀਂ ਪੰਜਾਬ ਤੋਂ ਬਾਹਰ ਕਨਾਲ ਦੇ ਵਿੱਚ ਸੇਵਾ ਕਰ ਰਹੇ ਹੋ ਉਸ ਸਥਾਨ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਇਆ ਜੇ ਕਿ ਤਰਾਵੜੀ ਦੀ ਗੱਲ ਕੀਤੀ ਜਾਵੇ ਉੱਥੇ ਪ੍ਰਬੰਧ ਤੇ ਪ੍ਰਚਾਰ ਤੇ ਪ੍ਰਸਾਰ ਦੀ ਕੀ ਭੂਮਿਕਾ ਮੰਤ ਵੀਰ ਜੀ ਅਸਲ 'ਚ ਹਰੇ ਪੰਜਾਬ ਤੋਂ ਬਾਹਰ ਜਿਹੜੇ ਸਾਡੇ ਇਤਿਹਾਸਕ ਗੁਰਦੁਆਰਾਂ ਹਨ ਜਿਵੇਂ ਕਿ ਹਰਿਆਣਾ ਔਰ ਪੰਜਾਬ ਦੀ ਜੋ ਪ੍ਰਬੰਧਕ ਕਮੇਟੀ ਹੈ ਜਿਨ੍ਹਾਂ ਦਾ ਗੁਰਦੁਆਰਿਆਂ ਦਾ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਨਾਮ ਹੇਠ ਚੱਲਦਾ ਹੈ ਉਹਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਰਾਵੜੀ ਅਸੀਂ ਸੇਵਾ ਨਿਭਾਉਂਦੇ ਆ ਉਹ ਗੁਰਦੁਆਰਾ ਸਾਹਿਬ ਸੈਕਸ਼ਨ 87 ਦੇ ਅੰਡਰ ਆਉਂਦਾ ਹੈ ਜੀ ਫਿਰ ਉੱਥੇ ਉਥੋਂ ਦੀ ਜਿਹੜੀ ਲੋਕਲ ਕਮੇਟੀ ਹੈ ਲੋਕਲ ਮੈਂਬਰ ਹਨ ਪ੍ਰਧਾਨ ਜੀ ਹਨ ਉਹ ਬੜੇ ਸੁਚੱਜੇ ਢੰਗ ਦੇ ਨਾਲ ਸੇਵਾਵਾਂ ਨਿਭਾ ਰਹੇ ਹਨ ਪਰ ਇਸ ਤੋਂ ਇੱਕ ਬੜੀ ਜਿਹੜੀ ਵਧੀਆ ਗੱਲ ਸਾਨੂੰ ਵੇਖਣ ਨੂੰ ਮਿਲਦੀ ਹੈ ਜਦੋਂ ਤੇ ਸ਼੍ਰੋਮਣੀ ਕਮੇਟੀ ਉੱਥੇ ਨਹੀਂ ਸੀ ਜਾਂ 1947 ਦੀ ਵੰਡ ਦੇ ਸਮੇਂ ਬਹੁਤੇ ਲੋਕ ਸ਼ੇਖੂਪੁਰਾ ਤੋਂ ਜਾਂ ਲਹਿਲਪੁਰ ਤੋਂ ਫੈਸਲਾਬਾਦ ਇਧਰੋਂ ਉੱਠ ਕੇ ਕਰਨਾਲ ਇਸ ਇਲਾਕੇ ਦੇ ਵਿੱਚ ਬਹੁਤੇ ਲੋਕ ਪ੍ਰਵਾਸੀ ਲੋਕ ਉੱਥੇ ਜਾ ਕੇ ਬਸੇ ਜੀ ਉਸ ਤੋਂ ਪਹਿਲਾਂ ਉੱਥੋਂ ਦੇ ਜਿਹੜੇ ਲੋਕਲ ਲੋਕ ਸਨ ਪਾਵੇਂਓ ਖੱਤਰੀ ਲੋਕ ਸਨ ਪਾਵੇਂਓ ਹਿੰਦੂ ਲੋਕ ਸਨ ਉਹਨਾਂ ਨੇ ਉੱਥੋਂ ਦਾ ਪ੍ਰਚਾਰ ਤੇ ਪ੍ਰਬੰਧ ਬੜੇ ਬੜੇ ਚੰਗੇ ਤਰੀਕੇ ਨਾਲ ਉਹਨੇ ਬਾਰੇ ਸਨ ਉਹਨਾਂ ਦੀ ਬੜੀਆਂ ਭਾਵਨਾਵਾਂ ਉਸ ਥਾਂ ਨਾਲ ਜੁੜੀਆਂ ਹੋਈਆਂ ਸਨ ਈਵਨ ਕਿ ਉੱਥੋਂ ਇਹ ਵੇਖਣ ਨੂੰ ਮਿਲਦਾ ਹੈ ਉਹ ਨਗਰ ਕੀਰਤਨ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਕੱਢਿਆ ਕਰਦੇ ਸਨ ਇਸ ਕਰਕੇ ਉਸ ਪਾਵਨ ਸਥਾਨ ਨੂੰ ਅੱਜ ਤੱਕ ਉਵੇਂ ਹੀ ਸੁਰੱਖਿਤ ਰੱਖਿਆ ਗਿਆ ਜਿਵੇਂ ਉਹ ਪਹਿਲਾਂ ਸੀ ਜੀ ਇੱਕ ਹੋਰ ਬੜੀ ਵੱਡੀ ਗੱਲ ਹੈ ਜਿਵੇਂ ਬਾਣੀ ਦੇ ਵਿੱਚ ਅਸੀਂ ਸ਼ਰਵਨ ਕਰਦੇ ਹਾਂ ਗੁਰੂ ਗੁਰੂ ਗੁਰਕਾਰਮਨ ਮੂਰ ਗੁਰੂ ਬਿਨਾ ਮੈਂ ਨਹੀਂ ਹੋਰ ਇਹਦੇ ਅਨੁਸਾਰ ਜਿਹੜਾ ਸਿੱਖ ਹੈ ਉਹਦਾ ਆਪਣੇ ਗੁਰੂ ਦੇ ਪਤੀ ਬੜਾ ਪ੍ਰੇਮ ਹੈ ਅਸੀਂ ਜਦੋਂ ਪੰਜਾਬ ਤੋਂ ਬਾਹਰ ਉਹ ਦੂਜੀਆਂ ਸਟੇਟਾਂ ਰਾਜਾਂ ਦੇ ਵਿੱਚ ਜਾਂਦੇ ਹਾਂ ਉਹਨਾਂ ਵਿੱਚ ਵੇਖਦੀਆਂ ਸਿੱਖ ਭਾਵੇਂ 10 ਦੀ ਗਿਣਤੀ ਵਿੱਚ ਹੁਣ ਭਾਵੇਂ 15 ਦੀ ਗਿਣਤੀ ਵਿੱਚ ਘਰ ਬੈਠੇ ਨੇ ਉਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਔਰ ਇੱਕ ਛੋਟਾ ਭਾਵੇਂ ਉਹਨਾਂ ਦੀ ਸਹੂਲियत ਦੇ ਮੁਤਾਬਕ ਭਾਵੇਂ ਛੋਟੀ ਇਮਾਰਤ ਇੱਕ ਧਰਮ ਸਥਾਨ ਦੀ ਜ਼ਰੂਰ ਤਿਆਰ ਕੀਤਾ ਇਹਦੀ ਇੱਕ ਮਿਸਾਲ ਸਾਡੇ ਜ਼ਿਲ੍ਹੇ ਵਿੱਚ ਵੇਖਣ ਨੂੰ ਮੈਨੂੰ ਦੇਖੀ ਕਿੰਨਾ ਪਿਆਰ ਹੁੰਦਾ ਹੈ ਗੁਰੂ ਦਾ ਸਿੱਖ ਦੇ ਸਿੱਖ ਦਾ ਗੁਰੂ ਦੇ ਨਾਲ ਜਿਹੜੇ ਸਾਡੇ ਲੋਕ ਸ਼ੇਖੂਪੁਰਾ ਇਲਾਕੇ ਚੋਂ ਆਏ ਉਹਨਾਂ ਜਿਵੇਂ ਉੱਥੇ ਗੁਰਦੁਆਰਾ ਰੂੜੀ ਸਾਹਿਬ ਹੈ ਜੀ ਉਨਾ ਸਾਡੇ ਇਲਾਕੇ ਵਿੱਚ ਨੀ ਸਿੰਘ ਦੇ ਵਿੱਚ ਉਹਦੀ ਯਾਦ ਵਿੱਚ ਹੀ ਗੁਰਦੁਆਰਾ ਰੋੜੀ ਸਾਹਿਬ ਬਣਾ ਲਿਆ ਜਾਂ ਸੱਚਾ ਸੋਦਾ ਗੁਰਦੁਆਰਾ ਹੈ ਉਹਦੇ ਨਾਂ ਤੇ ਹੀ ਸੱਚਾ ਸੋਦਾ ਗੁਰਦੁਆਰਾ ਬਣਾਇਆ ਗਿਆ ਸਫੀਦੋਂ ਦੇ ਕੋਲ ਔਰ ਅਸੰਧ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਮੈਂ ਇਹ ਮੰਨਦਾ ਹਾਂ ਜਿਵੇਂ ਭਾਈ ਕਾਨ ਸਿੰਘ ਨਾਭਾ ਗੁਰਮਤ ਮਾਰਤੰਡ ਵਿੱਚ ਗੁਰਦੁਆਰੇ ਦੀ ਡੈਫੀਨੇਸ਼ਨ ਜਦੋਂ ਦਿੰਦੇ ਨੇ ਉਹਦੇ ਵਿੱਚੋਂ ਕਹਿੰਦੇ ਵੀ ਜਿਹੜੇ ਧਰਮ ਦੇ ਅੰਗ ਨੇ ਕੀਰਤਨ ਹੋ ਗਿਆ ਵਿਦਿਆ ਹੋ ਗਈ ਜਾਂ ਵਿਦਿਆ ਕੀਰਤਨ ਲੰਗਰ ਇਹ ਗੁਰੂ ਘਰ ਦੇ ਧਰਮ ਦੇ ਅੰਗ ਹਨ ਅੰਗ ਬਿਲਕੁਲ ਔਰ ਇਹਨਾਂ ਜਿੱਥੇ ਇਹ ਸਮੁੱਚੇ ਅੰਗ ਇਕੱਠੇ ਹੋ ਜਾਂਦੇ ਨੇ ਉਸ ਸਥਾਨ ਨੂੰ ਗੁਰਦੁਆਰੇ ਦੀ ਸੰਗਿਆ ਦੇ ਵੱਜੋਂ ਜਾਣਿਆ ਜਾਂਦਾ ਹੈ ਕੀ ਬਾਤ ਹੈ ਬਹੁਤ ਖੂਬ ਸੋ ਇਸ ਕਰਕੇ ਸਿੱਖਾਂ ਨੇ ਲੰਗਰਾਂ ਨੂੰ ਚਲਾਇਆ ਉੱਥੋਂ ਦੇ ਲੋਕਾਂ ਨੂੰ ਲੰਗਰ ਦੀ ਪ੍ਰਥਾ ਬਾਰੇ ਪਤਾ ਲੱਗਾ ਨਾਲ ਦੀ ਨਾਲ ਉਹਨਾਂ ਦੇ ਵਿੱਚ ਵੀ ਕੀਰਤ ਕਰਨ ਦੀ ਜਿਹੜੀ ਹੈ ਰੁਝਾਨ ਪੈਦਾ ਹੋਇਆ ਅੱਜ ਵੀ ਉੱਥੋਂ ਦੇ ਜਿਹੜੇ ਗੁਰੂ ਘਰ ਹਨ ਉਹਨਾਂ ਵਿੱਚ ਬੜਾ ਬਾਖੂਬੀ ਪ੍ਰਬੰਧ ਲੰਗਰ ਦਾ ਵੀ ਚੱਲਦਾ ਹੈ ਇੱਕ ਹੋਰ ਜਦੋਂ ਵੀ ਸਾਡੇ ਕਿਸੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਬੜੇ ਵੱਡੇ ਵੱਡੇ ਪੱਦਰ ਤੇ ਸਿੱਖ ਮਨਾਉਂਦੇ ਹਨ ਜਿਹਦੇ ਵਿੱਚ ਨਗਰ ਕੀਰਤਨ ਕੱਢੇ ਜਾਂ ਉਹ ਨਗਰ ਕੀਰਤਨ 'ਚ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਗੁਰੂ ਸਾਹਿਬ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਜਾਂਦੀ ਹੈ ਉਹ ਦਰਸ਼ਨ ਕਰਦੇ ਨੇ ਕਿਸੇ ਤੋਂ ਪੁੱਛਦੇ ਵੀ ਹਨ ਵੀ ਇਹ ਕੌਣ ਹਨ ਦੱਸਿਆ ਜਾਂਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਹਨ ਤੋ ਸੋ ਇਸ ਪ੍ਰਕਾਰ ਦਾ ਪ੍ਰਬੰਧ ਬੜੇ ਸੁਚੱਜੇ ਜਿਵੇਂ ਕਿ ਕਹਿ ਸਕਦੇ ਆ ਜਿਹੜੇ ਪ੍ਰਵਾਸੀ ਆਏ ਸੀ ਉਹ ਕੇਵਲ ਆਪਣੇ ਪਰਿਵਾਰ ਨਾਲ ਨਹੀਂ ਆਏ ਗੁਰੂ ਪਿਆਰ ਨਾਲ ਲੈ ਕੇ ਆਏ ਨੇ ਬੇ ਗੁਰੂ ਪਿਆਰ ਬੇ ਸਬਜੀ ਸਿੰਘ ਤੁਸੀਂ ਵੀ ਲੰਬੇ ਸਮੇਂ ਤੋਂ ਕਾਫੀ ਦੂਰ ਦਰਾਡੇ ਜਾ ਕੇ ਸੰਗਤਾਂ 'ਚ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕਰਦੇ ਹੋ ਤੁਹਾਨੂੰ ਕਿਵੇਂ ਲੱਗਦਾ ਜਿਹੜਾ ਪ੍ਰਬੰਧ ਦਾ ਢਾਂਚਾ ਹੈ ਪੰਜਾਬ ਤੋਂ ਬਾਹਰ ਦਾ ਪ੍ਰਬੰਧਕ ਢਾਂਚਾ ਉਹ ਕਿਤਨਾ ਕਿਤੇ ਗੁਰੂ ਸਿਧਾਂਤਾਂ ਨਾਲ ਇਨਸਾਫ ਕਰ ਪਾ ਰਿਹਾ ਹੈ ਵੇਖੋ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਉਹਦੀ ਭਾਵਨਾ ਭਲੇ ਅਸੀਂ ਦੱਖਣ ਦੀ ਸਾਈਡ ਚਲ ਜਾਈਏ ਜੀ ਜਾਂ ਪੂਰਬ ਵਾਲੀ ਪਾਸੇ ਚਲ ਜਾਈਏ ਜਿੱਥੇ-ਜਿੱਥੇ ਵੀ ਜਿਹੜੀ ਗੱਲ ਵੀਰਜੀ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬਹੁਤ ਸਾਂਹਾਂ ਤੇ ਜਿੱਥੇ ਸਿੱਖ ਬੈਠੇ ਆ ਉਥੇ ਸਿੰਘ ਸਭਾ ਦੇ ਨਾਂ ਇਠ ਗੁਰਦੁਆਰੇ ਆ ਬਿਲਕੁਲ ਤੇ ਕੁਝ ਗੁਰਦੁਆਰੇ ਸਾਡੇ ਇਤਿਹਾਸਕ ਸਰੋਤਾਂ ਅਨਸਾਰ ਜਿਹੜੇ ਮਿਲਦੇ ਆ ਜਿਵੇਂ 사ਸाराम ਦਾ ਜ਼ਿਕਰ ਕਰਦੇ ਆਪਾਂ ਬਿਹਾਰ ਦੀ ਧਰਤੀ ਤੇ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਹੈ ਜਿਹੜਾ ਸਾਡੇ ਤਖਤ ਦੇਵ ਜੀ ਹੂੰ ਇਸ ਦੇ ਇਹ ਆਸ-ਪਾਸ ਗੁਰੂ ਨਾਨਕ ਸਾਹਿਬ ਜੀ ਦੇ ਤੋਂ ਪਿਛੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਮੀਆਂ ਜੜੀਆਂ ਹੀ ਯਾਤਰਾਵਾਂ ਕੀਤੀਆਂ ਤੇ ਉਸ ਬਿਹਾਰ ਦੇ ਇਲਾਕੇ ਦੇ ਤੋਂ ਜਦੋਂ ਅੱਗੇ ਸੱਚੇ ਪਾਸ਼ਾ ਅਸਾਮ ਵਾਲੇ ਪਾਸੇ ਨੂੰ ਜਾਂਦੇ ਤੇ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਬੇਨਤੀ ਕਰਦੀਆਂ ਦਾਤਾ ਜੀ ਤੁਸੀਂ ਆਉਣ ਦੇ ਵਿੱਚ ਥੋੜੀ ਦੇਰੀ ਕੀਤੀ ਹੈ ਤੇ ਜੇ ਸਮੇਂ ਦੀ ਗੱਲ ਕਰਦੇ ਹਾਂ ਤੇ 150 ਸਾਲ ਤੋਂ ਵੱਧ ਦਾ ਸਮਾਂ ਬਣਦਾ ਉਹ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸ਼ਬਦ ਨਾਲ ਜੁੜੇ ਸੀ ਜੇ ਅਸੀਂ ਗੁਰਧਾਮਾਂ ਦੀ ਉਸਾਰੀ ਦੀ ਗੱਲ ਕਰਦੇ ਆ ਜੀ ਤੇ ਸਿੱਖ ਇਤਿਹਾਸ ਦੇ ਵਿੱਚੋਂ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਸਾਰੇ ਸਥਾਨਾਂ ਦੀ ਜਾਣਕਾਰੀ ਬਣਾਉਣ ਦੀ ਜਿਹੜੀ ਆ ਸਾਨੂੰ ਸਿੱਖ ਸਰੋਤਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਮਿਲਦੀ ਹੈ ਜਿਵੇਂ ਨਨਕਾਣਾ ਸਾਹਿਬ ਦੀ ਧਰਤੀ ਤੇ ਜਿਹੜਾ ਗੁਰਪੁਰਬ ਮਨਾਉਣ ਦੀ ਪ੍ਰਥਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀ ਕਸ਼ਮੀਰ ਦੀ ਗੁਰਮਤਿ ਪ੍ਰਚਾਰ ਫੇਰੀ ਤੇ ਜਾਂਦੇ ਨੇ ਤੇ ਆਪਣੇ ਮੁਬਾਰਕ ਚਰਨ ਨਨਕਾਣਾ ਸਾਹਿਬ ਦੀ ਧਰਤੀ ਤੇ ਪਾਉਂਦੇ ਨੇ ਜਿੱਥੇ ਵੱਡੇ ਸਤਿਗੁਰਾਂ ਦਾ ਆਗਮਨ ਆਗਮਨ ਹੁੰਦਾ ਹੈ ਤੇ ਉਸ ਸਥਾਨ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਯਾਦ ਵਿੱਚ ਉਸ ਸਥਾਨ ਤੇ ਜੋੜ ਮੇਲਾ ਅੱਜ ਅਸੀਂ ਕੇਵਲ ਮੇਲੇ ਦੀ ਸੰਖਿਆ ਦਿੰਨੇ ਆ ਪਰ ਅਸਲ 'ਚ ਜੋ ਜੋੜ ਮੇਲਾ ਹੈ ਜੋੜ ਮੇਲਾ ਹੈ ਸਾਡੇ ਪ੍ਰਾਣੇ ਬਜ਼ੁਰਗ ਜੋੜ ਮੇਲਾ ਹੀ ਸ਼ਬਦ ਵਰਤਦੇ ਸੀ ਅ ਪ੍ਰਗਟ ਸਿੰਘ ਤੁਹਾਡਾ ਮਤਲਬ ਤਰਤ ਰੋਕਣਾ ਚਾਹਾਂਗਾ ਪਰ ਅਗਰ ਸਿੰਘ ਜੀ ਤੁਸੀਂ ਆਖਿਆ ਕਿ ਪ੍ਰਵਾਸੀ ਆਏ ਨੇ ਗੁਰੂ ਪਿਆਰ ਵੀ ਨਾਲ ਲੈ ਕੇ ਆਏ ਤੇ ਅੱਜ ਵੀ ਉਸ ਸਥਾਪਤ ਸਥਾਨਾਂ ਦੇ ਉੱਪਰ ਪਰੰਪਰਾਵਾਂ ਨਿਭਾਈਆਂ ਜਾ ਰਹੀਆਂ ਨੇ ਤੁਹਾਨੂੰ ਕਿਤੇ ਇਹ ਮੈਨੂੰ ਲੱਗਦਾ ਜਿਵੇਂ ਤੁਸੀਂ ਦੋਨੇ ਵਿਦਵਾਨ ਬੈਠੇ ਹੋ ਦੋਨਾ ਵਿਦਵਾਨਾਂ ਨੇ ਸੰਗਤ 'ਚ ਲੰਬਾ ਸਮਾਂ ਬਤੀਤ ਕੀਤਾ ਕਿਤੇ ਨਾ ਕਿਤੇ ਜਿੱਥੇ ਇਮਾਰਤਾਂ ਬਣ ਰਹੀਆਂ ਨੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਉਥੇ ਪ੍ਰਚਾਰ ਤੇ ਪ੍ਰਸਾਰ ਦਾ ਵੀ ਸੁੰਦਰੀਕਰਨ ਹੋ ਰਿਹਾ ਹੈ ਹਾਂ ਇਹ ਹਰਮੰਤ ਜੀ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਵੱਡਾ ਵੀ ਹੈ ਔਰ ਗੁੰਝਲਦਾਰ ਵੀ ਹੈ ਜਿੱਥੇ ਇਮਾਰਤਾਂ ਬਣੀਆਂ ਉਥੇ ਨਾਲ ਦੀ ਨਾਲ ਕਿਤੇ ਨਾ ਕਿਤੇ ਕੌਮ ਦਾ ਧਿਆਨ ਜਿਹੜੀ ਪੂਰੀ ਊਰਜਾ ਸੀ ਉਹ ਇੱਕ ਤਰਫ ਤੇ ਕੇਂਦ੍ਰਿਤ ਹੋਈ ਦੂਜੀ ਤਰਫ ਉਨੀ ਕੇਂਦ੍ਰਿਤ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਬਿਲਕੁਲ ਉਦੇ ਅਨੁਸਾਰ ਫਿਰ ਤੁਸੀਂ ਵੇਖੋਗੇ ਕਿਤੇ ਵੀ ਗੁਰਦੁਆਰਾ ਸਾਹਿਬ ਚ ਇਕੱਲੇ ਪੰਜਾਬ ਚ ਹੀ ਨਹੀਂ ਤੁਸੀਂ ਉੱਤਰਾਖੰਡ ਚਲੇ ਜਾਓ ਨਾਨਕ ਮੱਤਾ ਸਾਹਿਬ ਦੂਰ ਤਈ ਚਲੇ ਜਾਓ ਇਆਂ ਦੱਖਣ ਵੱਲ ਚਲੇ ਜਾਓ ਗੁਰਦੁਆਰਿਆਂ ਚ ਤੁਹਾਨੂੰ ਲਾਇਬ੍ਰੇਰੀਆਂ ਨਹੀਂ ਮਿਲਣਗੀਆਂ ਹੁਣ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਲੰਗਰ ਹਾਲ ਹੈ ਔਰ ਇਆਂ بڑے ਵੱਡੇ ਜਗ੍ਹਾ ਦੇ ਵਿੱਚ ਦੀਵਾਨ ਹਾਲ ਹੈ ਪਰ ਜਿਹੜਾ ਦਿਵਾਨ ਹਾਲ ਦਾ ਮੁੱਖ ਸਰੋਤ ਹੈ ਦਿਵਾਨ ਦੇ ਵਿੱਚ ਤੇ ਵਿਚਾਰ ਹੀ ਚੱਲੇਗੀ ਨਾ ਬਿਲਕੁਲ ਔਰ ਵਿਚਾਰ ਦਾ ਜਿਹੜਾ ਮੁੱਖ ਸੋਮਾ ਹੈ ਉਹ ਕਿਤਾਬਾਂ ਨੇ ਜਾਂ ਲਾਇਬ੍ਰੇਰੀ ਹੈ ਇਸ ਪਾਸੋਂ ਪ੍ਰਬੰਧਕ ਕਮੇਟੀ ਆਵੇਸਲੀਆਂ ਰਹੀਆਂ ਆਵੇਸਲੀਆਂ ਰਹੀਆਂ ਔਰ ਗੁਰਦੁਆਰਿਆਂ ਵਿੱਚ ਨਾ ਤੇ ਲਾਇਬ੍ਰੇਰੀਆਂ ਹਨ ਔਰ ਨਾ ਉਸ ਕਿਸਮ ਦੇ ਕੋਈ ਸੈਮੀਨਾਰੀ ਕਰਾਏ ਜਾਂਦੇ ਹਨ ਕੋਈ ਰਿਸਰਚ ਕਰਾਈ ਜਾਏ ਹਾਂ ਇਹ ਕਿਹਾ ਜਾ ਸਕਦਾ ਹੈ ਜਿਹੜੀ ਸੇਵਾ ਸੀ ਨਾ ਬਿਲਡਿੰਗਾਂ ਬਣਾਉਣ ਦੀ ਮੈਂ ਸਮਝਦਾ ਜਦੋਂ ਅਸੀਂ ਸਿੱਖ ਵਿਸ਼ਵ ਕੋਸ਼ ਨੂੰ ਪੜ੍ਹਦੇ ਹਾਂ ਉੱਥੇ ਬਾਬਾ ਗੁਰਮਖ ਸਿੰਘ ਕਾਰ ਸੇਵਾ ਵਾਲੇ ਉਹਨਾਂ ਦਾ ਇੰਦਰਾਜ ਆਉਂਦਾ ਹੈ ਜੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਜਾਂ ਉਸ ਤੋਂ ਪਹਿਲਾਂ ਜਿਵੇਂ ਹਰਿਆਣੇ ਦੀ ਗੱਲ ਕਰੀ ਜਿਹੜੇ ਸਾਡੇ ਸਿੱਖ ਮਹਾਰਾਜੇ ਸਨ ਉਹਨਾਂ ਨੇ ਬੜੀਆਂ ਵੱਡੀਆਂ ਜ਼ਗੀਰਾਂ ਗੁਰਦੁਆਰਿਆਂ ਦੇ ਨਾਂ ਲਗਾਈਆਂ ਲਖਾਈਆਂ ਬਿਲਕੁਲ ਇਤੋਂ ਤੁਸੀਂ ਜੀਨ ਦੇ ਦਾ ਗੁਰਦੁਆਰਾ ਸਾਹਿਬ ਹੈ ਹਰਿਆਣੇ ਚ 1000 ਕਿੱਲਾ ਜ਼ਮੀਨ ਉਹਦੇ ਨਾਂ ਅੱਜ ਵੀ ਹੈ ਅੱਜ ਵੀ ਬਿਲਕੁਲ ਤਮਤਾਨ ਸਾਹਿਬ ਤੁਸੀਂ ਜਾਣਦੇ ਹੋ ਇਆਂ ਹੋਰ ਵੀ ਗੁਰਦੁਆਰੇ ਗੁਰਧਾਮ ਹਨ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਹੀ ਸੋਨਾ ਲਵਾਉਣ ਦੀ ਸੇਵਾ ਕਿਉਂ ਨਾ ਹੋਵੇ ਕਿਤੇ ਨਾ ਕਿਤੇ ਉਹਨਾਂ ਦਾ ਅਵੇਸਲਾ ਟੰਗ ਰਿਹਾ ਉਹ ਪ੍ਰਬੰਧਕ ਕਮੇਟੀਆਂ ਨੂੰ ਇੰਨਾ ਪ੍ਰੇਰਿਤ ਨਹੀਂ ਕਰ ਸਕੇ ਵੀ ਸਾਨੂੰ ਧਿਆਨ ਇਸ ਚੀਜ਼ ਵੱਲ ਜ਼ਿਆਦਾ ਦੇਣਾ ਚਾਹੀਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਈ ਹੈ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਬੜੇ ਵਧੀਆ ਸਭਜੀ ਸਿੰਘ ਤੁਸੀਂ ਲੰਬੇ ਸਮੇਂ ਤੋਂ ਗੁਰੂੰਗਸਾਹਬ ਜੀ ਦੇ ਸਥਾਨਾਂ ਦੀ ਸੇਵਾ ਕੀਤੀ ਹੈ ਉਨ੍ਹਾਂ ਦੇ ਬਾਰੇ ਖੋਜ ਕਾਰਜ ਕੀਤਾ ਹੈ ਬਾਕਾਇਦਾ ਕਿ ਇੱਕ ਨੀਨੇਕਾ ਕਿਤਾਬਾਂ ਲਿਖਿਆ ਸੰਗਤ ਝੋਲੀ ਪਾਈਆਂ ਨੇ ਜਿਵੇਂ ਇਹਨਾਂ ਨੇ ਗੱਲ ਆਖੀ ਕਿ ਉਹ ਸ਼੍ਰੇਣੀ ਗਾਇਬ ਹੈ ਕਿਤਾਬਾਂ ਵਾਲੀ ਲਾਇਬ੍ਰੇਰੀ ਗਾਇਬ ਹੈ ਪਰੰਤੂ ਕੁਝ ਗੁਰਦੁਆਰਿਆਂ ਦੇ ਵਿੱਚ ਗੁਰੂਕੁ ਧਾਮਾਂ ਦੇ ਵਿੱਚ ਅਕੈਡਮੀਆ ਸਾਬਤ ਕੀਤੀਆਂ ਗਈਆਂ ਨੇ ਕੀਰਤਨ ਅਕੈਡਮੀਆ ਹੋ ਗਈਆਂ ਗਤਕਾ ਅਕੈਡਮੀਆ ਹੋ ਗਈ ਹੈ ਤੇ ਬਰਕੀ ਕਹੋਗੇ ਦੇਖੋ ਜੀ ਆਪਾਂ ਜਿਸ ਤਰ੍ਹਾਂ ਸਾਡੇ ਹੱਥ ਦੀਆਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਨਾ ਹਰੇਕ ਬੰਦੇ ਦੀ ਸੋਚ ਹੈ ਇੱਕ ਤੁਹਾਡੇ ਨਾਲ ਇਹਨਾਂ ਨੇ ਗੁਰਤਾਮਾ ਦੀ ਗੱਲ ਕਰਦੇ ਆਂ ਬਾਬਾ ਗੁਰਮukh ਸਿੰਘ ਜੀ ਦਾ ਜ਼ਿਕਰ ਕੀਤਾ ਜੀ ਜੇ ਆਪਾਂ ਬਾਬਾ ਗੁਰਮukh ਸਿੰਘ ਜੀ ਦੇ ਜੀਵਨ ਨੂੰ ਦੇਖਦੇ ਆਂ ਨਾ ਮੈਂ ਉਹਨਾਂ ਦਾ ਜੀਵਨ ਉਹਨਾਂ ਦੀਆਂ ਸੰਗੀਆਂ ਦੇ ਕੋਲੋਂ ਨੇੜਿਓਂ ਵੇਖਿਆ ਬਾਬਾ ਗੁਰਮukh ਸਿੰਘ ਜੀ ਤੇ ਬਾਬਾ ਸਾਧੂ ਸਿੰਘ ਜੀ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਬਾਬਾ ਗੁਰਮukh ਸਿੰਘ ਜੀ ਦਾ ਪਿੰਡ ਬਦੋਸ਼ੀ ਹੈ ਬਿਲਕੁਲ ਤੇ ਇਹ ਅੰਮ੍ਰਿਤਸਰ ਦੀ ਸੇਵਾ 'ਚ ਪਹੁੰਚਦੇ ਨੇ ਅੰਮ੍ਰਿਤਸਰ ਦੀ ਸੇਵਾ ਤੋਂ ਬਾਅਦ ਇਹ ਨਨਕਾਣਾ ਸਾਹਿਬ ਦੀ ਸੇਵਾ ਕਰਾਉਂਦੇ ਨੇ ਨਨਕਾਣੇ ਸਾਹਿਬ ਤੋਂ ਪਿੱਛੇ ਹੋਏ ਮੁਕਤਸਰ ਕਰਨਤਾਰਨ ਸਾਹਿਬ ਖਡੂਰ ਸਾਹਿਬ ਦੀ ਸੇਵਾ ਕਰਾਉਂਦੇ ਕਾਫੀ ਗੁਰਤਮਾਂ ਦੀ ਸੇਵਾ ਕਰਵਾਈ ਹੈ ਜਿਹੜੀ ਗੱਲ ਇਹ ਨਾਲ ਤੁਹਾਡੇ ਨਾਲ ਕੀਤੀ ਬਾਬਾ ਜੀਵਨ ਸਿੰਘ ਜੀ ਬਾਬਾ ਗੁਰਮਖ ਸਿੰਘ ਜੀ ਹੋਣਾਂ ਦੇ ਅੰਡਰ ਖਡੂਰ ਸਾਹਿਬ ਸੇਵਾ ਕਰਦੇ ਸੀ ਉਹਨਾਂ ਦੇ ਨਾਲ ਇੱਕ ਹੋਰ ਸ਼ਖਸੀਅਤ ਸੀ ਬਾਬਾ ਹਰਵੰਦ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਜਾ ਕੇ ਸਰਦਾਰ ਬਗੀਲ ਸਿੰਘ ਤੋਂ ਪਿੱਛੇ ਜੇ ਕਾਰ ਸੇਵਾ ਦੀ ਗੱਲ ਕਰਦੇ ਆਂ ਅਸੀਂ ਉਹ ਬਾਬਾ ਹਰਬੰਸ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਪੰਥ ਰਤਨ ਦਾ ਸਨਮਾਨ ਦਿੱਤਾ ਹੈ। ਸਨਮਾਨ ਮਿਲਿਆ ਹੈ। ਪਰ ਜੇ ਅਸੀਂ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ ਬਹੁਤ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀਆਂ ਨੇ। ਅਸੀਂ ਦੀਵਾਨ ਹਾਲ ਵੀ ਬਹੁਤ ਬਣਾਏ ਨੇ। ਪਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆਂ ਨਾ ਲੰਗਰ ਦੌਲਤ ਵੰਡਈਏ ਰਸ ਅੰਮ੍ਰਿਤ ਖੀਰ ਕੇ ਆਲੀ ਤੇ ਉਥੇ ਲੰਗਰ ਚੱਲੈ ਗੁਰ ਸ਼ਬਦ ਹਾਰਾ ਟੋਟ ਨਾ ਆਵੀ ਖਟিয়ে ਇਹ ਬਲਵੰਡ ਜੀ ਜ਼ਿਕਰ ਕਰਦੇ ਨੇ ਪਰ ਜਦੋਂ ਅਸੀਂ ਅੱਜ ਪੰਜਾਬ ਤੋਂ ਤੁਸੀਂ ਬਾਹਰ ਦੀ ਗੱਲ ਕਰਦੇ ਆ ਅਸੀਂ ਗੁਰਦ ਆਮ ਨੂੰ ਦੇਖਦੇ ਆ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਗੁਰਦ ਆਮ ਨੇ ਕਿ ਜਿਹੜੀ ਇਹ ਬਹੁਤ ਸਾਰੀਆਂ ਪੁਰਾਣੀਆਂ ਵਿਰਾਸਤਾਂ ਸਾਹਮਣੇ ਬੈਠੇ ਨੇ ਸਾਹਮਣੇ ਬੈਠੇ ਨੇ ਕਿਉਂਕਿ ਉਹਨਾਂ ਥਾਵਾਂ ਤੇ ਬਹੁਤ ਲੋਕ ਬਹੁਤ ਉਹਨਾਂ ਦੀ ਭਾਵਨਾ ਜੁੜੀ ਆ ਉਹਨਾਂ ਦੀ ਭਾਵਨਾ ਜੁੜੀ ਹੈ ਇਲਾਕੇ ਦੀ ਸੰਗਤ ਵੀ ਉੱਥੇ ਬਹੁਤ ਇਹ ਸੇਵਾ ਵਾਲੇ ਪਹੁੰਚ ਨਹੀਂ ਸਕੀ ਬਿਲਕੁਲ ਪਰ ਅਗਰ ਸਿੰਘ ਤੁਸੀਂ ਗੱਲ ਕਰ ਰਹੇ ਸੀਗੇ ਕਿ ਕਿਤੇ ਨਾ ਕਿਤੇ ਪ੍ਰਚਾਰਕ ਸ਼੍ਰੇਣੀ ਉੱਥੋਂ ਮਿਸ ਹੈ ਗੁਰਦ ਆਮਾ ਦੇ ਵਿੱਚੋਂ ਕੀ ਇਹੋ ਜਿਹਾ ਕਾਰਜ ਉੱਥੋਂ ਦੀ ਲੋਕਲ ਕਮੇਟੀ ਵੱਲੋਂ ਨਹੀਂ ਕੀਤਾ ਜਾਂਦਾ ਜਿਵੇਂ ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਸੀ ਲਾਇਬ੍ਰੇਰੀ ਮਿਸ ਹੈ ਜਿੱਥੇ ਕਿਤਾਬਾਂ ਹੁੰਦੀਆਂ ਨੇ ਕਿਤਾਬਾਂ ਦੇ ਗਿਆਨ ਰਾਈ ਅਸੀਂ ਪ੍ਰਚਾਰਕ ਸ਼੍ਰੇਣੀ ਨੂੰ ਕਿ ਨਵਾਂ ਨਿਯੁਕਤਾ ਦਿੰਨੇ ਆ ਕੀ ਲੋਕਲ ਕਮੇਟੀ ਦਾ ਕੋਈ ਫਰਜ਼ ਨਹੀਂ ਅਸਲ ਦੇ ਵਿੱਚ ਜੋ ਲੋਕਲ ਕਮੇਟੀਆਂ ਨੇ ਜੋ ਉਹਦੇ ਵਿੱਚ ਭਾਵੇਂ ਮੈਨੇਜਰ ਹੈ ਭਾਵੇਂ ਪ੍ਰਧਾਨ ਹੈ ਉਹ ਉਸ ਲੈਵਲ ਦੇ ਗੁਰਮਤ ਦੇ ਜਾਣਕਾਰ ਨਹੀਂ ਹੁੰਦੇ ਜਾਣਕਾਰ ਹੁੰਦਾ ਹੈ ਜੋ ਉੱਥੇ ਹੈੱਡ ਗ੍ਰੰਥੀ ਸਾਹਿਬ ਹਨ ਕਥਾਵਾਚਖਣ ਅਗਰ ਉਹ 셀ਫ ਮੋਟੀਵੇਟਿਡ ਹਨ ਅਗਰ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਵਿਚਾਰਧਾਰਾ ਨੂੰ ਪੜ੍ਹਦੇ ਹਨ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ ਜੀ ਕਿਵੇਂ ਕਿਸੇ ਦੀ ਭਾਵਨਾ ਨੂੰ ਸਮਝਿਆ ਜਾਂਦਾ ਹੈ ਔਰ ਕਿਵੇਂ ਅਸੀਂ ਪ੍ਰਚਾਰ ਨੂੰ ਅੱਗੇ ਵਧਾਉਣਾ ਹੈ ਅਗਰ ਉਹ ਮੋਟੀਵੇਟਿਡ ਹੋਣ ਉਹ ਫਿਰ ਪ੍ਰਬੰਧ ਕਮੇਟੀ ਨੂੰ ਮੋਟੀਵੇਟ ਕਰਦੇ ਹਨ ਅਗਰ ਪ੍ਰਬੰਧਕ ਕਮੇਟੀ ਨਾ ਕਰੇ ਫਿਰ ਇਹਦੇ ਵਿੱਚ ਪ੍ਰਬੰਧਕ ਕਮੇਟੀ ਗੁਨਾਹਗਾਰ ਹੈ ਮੈਂ ਇਹ ਮੰਨਦਾ ਹਾਂ ਕਿਤੇ ਨਾ ਕਿਤੇ ਜਿੱਥੇ ਪ੍ਰਚਾਰਕ ਅਸੀਂ ਵੀ ਇੱਕ ਪ੍ਰਚਾਰਕ ਕੀਤੇ ਤੋਂ ਬਿਲੋਂਗ ਕਰਦੇ ਹਾਂ ਕਮੀਆਂ ਦੋਵੇਂ ਸਾਈਡਾਂ ਵਿੱਚ ਰਹਿੰਦੀਆਂ ਹੁੰਦੀਆਂ ਨੇ ਕਈ ਵਾਰੀ ਪ੍ਰਚਾਰਕ ਕੰਮ ਕਰਨਾ ਚਾਹੁੰਦਾ ਹੈ ਪ੍ਰਬੰਧਕ ਕਮੇਟੀ ਉਹਨੂੰ ਉਹਨਾਂ ਸਾਥ ਨਹੀਂ ਨਿਭਾਉਂਦੀ ਕਈ ਵਾਰੀ ਪ੍ਰਬੰਧਕ ਕਮੇਟੀ ਕੰਮ ਕਰਾਉਣਾ ਚਾਹੁੰਦੀ ਹੈ ਜਿਹੜਾ ਉੱਥੇ ਸਿੱਖਿਆ ਦੇਣ ਵਾਲਾ ਹੈ ਉਹ ਇੰਨਾ ਐਜੂਕੇਟਿਡ ਨਹੀਂ ਹੁੰਦਾ ਬਿਲਕੁਲ ਇੱਥੋਂ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ ਸਾਡੇ ਜਿਹੜੇ ਪ੍ਰਬੰਧ ਦੇ ਵਿੱਚ ਜਦੋਂ ਅਸੀਂ ਵਿਚਾਰਾਂ ਦੀ ਗੱਲ ਕਰਦੇ ਹਾਂ ਸਾਡੇ ਕੋਲ ਜਿਹੜੇ ਵਿਚਾਰਕ ਹਨ ਪ੍ਰਚਾਰਕ ਹਨ ਉਹ ਅੱਜ ਦੇ ਯੁੱਗ ਦੇ ਹਾਣੀ ਨਹੀਂ ਉਹ ਇੰਨੇ ਪੜ੍ਹੇ ਲਿਖੇ ਜਾਂ ਅੱਜ ਦੇ ਯੁੱਗ ਦੇ ਅਨੁਸਾਰ ਹਾਣੀ ਦੇ ਹਿਸਾਬ ਨਾਲ ਚੱਲ ਨਹੀਂ ਰਹੇ ਕਾਰਨ ਕੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਸਿੱਖਿਆ ਦਾ ਅਭਾਵ ਹੈ ਉਹ ਅਗਰ ਉਹ ਪੂਰੀ ਤਰ੍ਹਾਂ ਸਿੱਖਿਸ਼ਿਤ ਹੋਣ ਐਜੂਕੇਟਿਡ ਹੋਣ ਉਹਨਾਂ ਨੂੰ ਜਿਵੇਂ ਅਸੀਂ ਅੱਜ ਦੀ ਗੱਲ ਕਰਦੇ ਹਾਂ ਅੱਜ ਸੈਮੀਨਾਰਾਂ ਦਾ ਯੁੱਗ ਹੈ ਰਿਸਰਚ ਦਾ ਯੁੱਗ ਹੈ ਮਨੋਵਿਗਿਆਨ ਦਾ ਯੁੱਗ ਹੈ ਜੋ ਵਿਚਾਰ ਅਸੀਂ ਦੇਣਾ ਚਾਹ ਰਹੇ ਹਾਂ ਅੱਗੇ ਜਿਹੜੇ ਲੋਕ ਬੈਠੇ ਹਨ ਉਹ ਉਸ ਪ੍ਰਕਾਰ ਦੇ ਕਿਉਂਕਿ ਜਿਹੜਾ ਸਾਡਾ ਮੈਥਡ ਆਫ ਪ੍ਰਚਾਰ ਹੈ ਉਹ ਜੇ 50 ਸਾਲ ਪੁਰਾਣਾ ਹੋਵੇਗਾ ਦੁਨੀਆ ਤੇ 50 ਸਾਲ ਅੱਗੇ ਆ ਗਈ ਨਾ ਸਾਨੂੰ ਇਸ ਕਰਕੇ ਸਮੇਂ ਦੇ ਹਾਣੀ ਹੋਣ ਦੀ ਲੋੜ ਹੈ ਗੁਰਦੁਆਰਿਆਂ ਦੇ ਵਿੱਚ ਲਾਇਬ੍ਰੇਰੀਆਂ ਦੀ ਸਖਤ ਜ਼ਰੂਰਤ ਹੈ ਹੁਣ ਇੱਥੇ ਅਸੀਂ ਗੱਲ ਕਰਦੇ ਆਂ ਵੀ ਲਾਇਬ੍ਰੇਰੀਆਂ ਨੂੰ ਪੜਨ ਵਾਲਾ ਕੋਈ ਨਹੀਂ ਕਿਤਾਬਾਂ ਤਾਂ ਹੈਗੀਆਂ ਨੇ ਪੜਨ ਵਾਲਾ ਕੋਈ ਨਹੀਂ ਐਸੀ ਗੱਲ ਨਹੀਂ ਹੁੰਦੀ ਜਦੋਂ ਅਸੀਂ ਇੱਕ ਚੀਜ਼ ਨੂੰ ਜਿਵੇਂ ਹਿਟਲਰ ਕਹਿੰਦਾ ਹੁੰਦਾ ਸੀ ਵੀ ਇੱਕ ਝੂਠ ਨੂੰ ਵੀ ਅਗਰ ਰੋਜ਼-ਰੋਜ਼ ਕਹੀਏ ਤਾਂ ਇੱਕ ਦਿਨ ਉਹ ਸੱਚ ਸੱਚ ਹੋ ਜਾਂਦਾ ਅਗਰ ਅਸੀਂ ਇੱਕ ਚੀਜ਼ ਨੂੰ ਰੋਜ਼ ਹੀ ਕਵਾਂਗੇ ਵੀ ਸਾਨੂੰ ਲਾਇਬ੍ਰੇਰੀਆਂ ਦੀ ਜ਼ਰੂਰਤ ਹੈ ਲਾਇਬ੍ਰੇਰੀਆਂ ਸਾਨੂੰ ਇਹ ਵੀ ਤੇ ਸੀ ਨਾ ਜਦੋਂ ਗੁਰੂ ਧਾਮ ਨਹੀਂ ਸੀ ਬਣੇ ਛੋਟੇ ਛੋਟੇ ਗੁਰੂਤਮ ਹਰਿਆਣੇ ਵਿੱਚ ਕਿਤੇ ਵੀ ਚਲੇ ਜਾ ਛੋਟੇ ਛੋਟੇ ਸਨ ਸੰਗਤ ਦੇ ਮਨਚ ਭਾਵਨਾ ਸੀ ਗੁਰੂਤਮ ਵੱਡੇ ਹੋਣੇ ਚਾਹੀਦੇ ਨੇ ਬਿਲਡਿੰਗਾਂ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਸੰਗਤ ਨੇ ਇੱਥੋਂ ਤਾਈਂ ਜਦੋਂ ਗੁਰਦੁਆਰਿਆਂ ਤੇ ਸੋਨਾ ਲੱਗਿਆ ਆਪਣੇ ਕੰਨਾਂ ਦੀਆਂ ਵਾਲੀਆਂ ਲਾ ਕੇ ਬੀਬੀਆਂ ਨੇ ਦੇ ਦਿੱਤੀਆਂ ਇੱਥੋਂ ਦੇ ਆਪਣੇ ਘਰਾਂ ਦੇ ਵਿੱਚੋਂ ਸਿੱਖ ਭਾਵੇਂ ਆਪ ਅੱਧੀ ਰੋਟੀ ਖਾਂਦਾ ਰਿਹਾ ਉਨੇ ਆਪਣੇ ਗੁਰੂ ਧਾਮ ਦੇ ਬਿਲਡਿੰਗ ਨੂੰ ਵੱਡਾ ਕਰਨ ਦੇ ਲਈ ਬਹੁਤ ਸਹਾਇਕ ਪਾਇਆ ਜਾਨੀ ਕਿ ਕਿਤੇ ਨਾ ਕਿਤੇ ਸ਼ੁਰੂਆਤ ਕਰਨੀ ਪਵੇਗੀ ਇਸ ਕਾਰਜ ਨੂੰ ਵੀ ਕਰਨੀ ਮੈਂ ਤਾਂ ਇੱਕ ਸੌਦਾ ਜਿਵੇਂ ਗੁਰੂ ਘਰ ਗੋਬਿੰਦ ਸਾਹਿਬ ਜੀ ਕਹਿੰਦੇ ਸੀ ਵੀ ਘੋੜੇ ਲੈ ਕੇ ਮੇਰੇ ਕੋਲ ਆ ਆ ਸਾਨੂੰ ਸੰਗਤ ਨੂੰ ਕਹਿਣਾ ਚਾਹੀਦਾ ਵੀ ਸੰਗਤ ਜੀ ਗ੍ਰੰਥ ਤੁਹਾਨੂੰ ਚਾਹੀਦਾ ਇੱਕ ਇੱਕ ਗ੍ਰੰਥ ਗੁਰਦੁਆਰੇ ਦੀ ਲਾਇਬ੍ਰੇਰੀ ਵਿੱਚ ਆਪਣੀ ਮਰਜ਼ੀ ਦਾ ਸਭਜੀਤ ਸਿੰਘ ਤੁਸੀਂ ਵੀ ਹੀ ਲੰਬੇ ਸਮੇਂ ਤੋਂ ਸੰਗਤਾਂ ਵਿੱਚ ਚੱਲ ਰਹੇ ਹੋ ਇਹ ਤਾਂ ਹੋ ਗਿਆ ਇੱਕ ਲਾਇਬ੍ਰੇਰੀ ਸਟੈਬਲਿਸ਼ ਕਰਨ ਦੀ ਗੱਲ ਲੋਕਲ ਕਮੇਟੀ ਵਿੱਚ ਆਵੇ ਸੰਗਤ ਵਿੱਚ ਆਵੇ ਦੋਨੇ ਇਕੱਠੇ ਰਲ ਕੇ ਕਾਰਜ ਕਰਨ ਕੋਈ ਇਹੋ ਜਿਹਾ ਤਰੀਕਾ ਤਾਂ ਜੋ ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਗੁਰਦੁਆਰਿਆਂ ਨੂੰ ਵੀ ਸੁੰਦਰੀਕਰਨ ਦੇ ਨਾਲ-ਨਾਲ ਅਧਿਆਤਮਿਕ ਤੌਰ ਤੇ ਵੀ ਜਾਂ ਵਿਦਿਅਕ ਤੌਰ ਤੇ ਵੀ ਸੰਗਤਾਂ ਨੂੰ ਸੁਚੇਤ ਕੀਤਾ ਜਾਵੇ ਕੋਈ ਸੁਚੇਤ ਕਰਨ ਦੀ ਗੱਲ ਹੈ ਜਿਹੜੀ ਸੁਚੇਤਤਾ ਦੀ ਗੱਲ ਹੈ ਸਾਡੇ ਵਿੱਚ ਸੰਵਾਦ ਖਤਮ ਹੋ ਗਿਆ ਅਸੀਂ ਗੁਰਦੁਆਰੇ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਕੋਈ ਸਮਾਗਮ ਕਰਦੇ ਹਾਂ ਉਧੀਆਂ ਵੱਡੀਆਂ-ਵੱਡੀਆਂ ਫਲੈਕਸਾਂ ਜ਼ਰੂਰ ਲਗਾ ਦਿੰਨੇ ਆ ਤੇ ਕੇਵਲ ਲੰਗਰ ਛਕਣ ਛਕਾਉਣ ਤੱਕ ਸੀਮਤ ਰਹਿ ਗਏ ਸੀਮਤ ਰਹਿ ਗਏ ਕਿਸੇ ਬਾਹਰ ਨਿਕਲਣ ਵਾਲੇ ਸਰੋਤੇ ਨੂੰ ਪੁੱਛ ਲਿਆ ਜਾਵੇ ਪੀ ਔਸ ਰਾਗੀ ਸਿੰਘ ਨੇ ਕਿਹੜਾ ਸ਼ਬਦ ਪੜਿਆ ਸੀ ਨਹੀਂ ਪਤਾ ਹੋਵੇ ਉਹ ਕਿਸੇ ਵਿਰਲੇ ਕਰਮਾਂ ਵਾਲੇ ਨੂੰ ਹੁੰਦਾ ਬਿਲਕੁਲ ਬਹੁਤ ਪਰ ਸਾਡਾ ਗੁਰੂ ਸ਼ਬਦ ਹੈ ਅਸੀਂ ਸ਼ਬਦ ਨਾਲ ਜੁੜਨਾ ਸੀ ਪਰ ਅਸੀਂ ਮਾਫ ਕਰਨਾ ਅਸੀਂ ਭਾਂਤ-ਭਾਂਤ ਦੇ ਚਕਾਚੌਣਾਂ ਨੂੰ ਜੁੜ ਕੇ ਭਗਵਾਨ ਨਾਲ ਜੁੜ ਗਏ ਅਸੀਂ ਇਹ ਦੇਖਦੇ ਆਂ ਵੀ ਲੰਗਰ ਦੇ ਵਿੱਚ ਬਣਿਆ ਕੀ ਹੈ ਪਰ ਇੱਥੇ ਗੱਲ ਖਤਮ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਜੀ ਨੇ ਸੰਵਾਦ ਕੀਤਾ ਉਹਨਾਂ ਕਿਤੇ ਵੀ ਦੀਵਾਨ ਨਹੀਂ ਸੀ ਸਜਾਇਆ ਅਸੀਂ ਸੰਵਾਦ ਨਹੀਂ ਕਰਦੇ ਜਦੋਂ ਅਸੀਂ ਟੂਵੇ ਪ੍ਰੋਸੈਸ ਦੇ ਵਿੱਚ ਮੈਂ ਤੇ ਤੁਸੀਂ ਗੱਲ ਕਰ ਰਹੇ ਆਂ ਹੁਣ ਤੁਸੀਂ ਸਵਾਲ ਕਰ ਰਹੇ ਆਂ ਮੈਂ ਆਪਣੀ ਬੁੱਧੀ ਅਨੁਸਾਰ ਤੁਹਾਡੇ ਨਾਲ ਤੁਹਾਨੂੰ ਜਵਾਬ ਦੇਣ ਦਾ ਯਤਨ ਕਰ ਰਿਹਾ ਜੀ ਆਹੀ ਸੰਗਤ ਵਿੱਚ ਬੈਠ ਕੇ ਬੱਚਿਆਂ ਬਜ਼ੁਰਗਾਂ ਸਾਰਿਆਂ ਨੂੰ ਬਰਾਬਰਤਾ ਲੈ ਕੇ ਵਿਚਾਰਨ ਵਿਚਾਰ ਕਰਾਂਗੇ ਨਾ ਉਸ ਦੇ ਵਿੱਚੋਂ ਨਵੀਂ ਗੱਲ ਪੈਦਾ ਹੋਏਗੀ ਕਿਉਂਕਿ ਜਦੋਂ ਤੁਹਾਨੂੰ ਤੇ ਮੈਨੂੰ ਬਰਾਬਰ ਦਾ ਹੱਕ ਹੈ ਹੁਣ ਆਪਾਂ ਬੋਲ ਰਹੇ ਹਾਂ ਨਾ ਜੀ ਤੇ ਆਪਾਂ ਤੁਸੀਂ ਸਵਾਲ ਕੀਤਾ ਮੈਂ ਜਵਾਬ ਦਿੱਤਾ ਵੀਰ ਜੀ ਨੇ ਜਵਾਬ ਦਿੱਤਾ ਕਿਤੇ ਨਾ ਕਿਤੇ ਸਰੋਤੇ ਦੇ ਆਪਣੇ ਸੋਚਣ ਦਾ ਇੱਕ ਨਜ਼ਰੀਆ ਹੈ ਸਬਜੀ ਸਿੰਘ ਜੀ ਦੇਖੋ ਗੁਰਦ ਆਮਾ ਦੇ ਵਿੱਚ ਬਰਕਟ ਸਿੰਘ ਨੇ ਸੁਣੀ ਗੱਲ ਕੀਤੀ ਹੈ ਦੀਵਾਨ ਲਗਾਉਣ ਵਾਲੇ ਵੀ ਆਪਣੇ ਦੀਵਾਨ ਵਿੱਚ ਆਉਣ ਵਾਲੇ ਵੀ ਆਪਣੇ ਲੰਗਰ ਲਾਣ ਵਾਲੇ ਵੀ ਆਪਣੇ ਲੰਗਰ ਵਰਤਾਨ ਵਾਲੇ ਵੀ ਆਪਣੇ ਲੰਗਰ ਖਾਣ ਵਾਲੇ ਵੀ ਆਪਣੇ ਫਿਰ ਕਿਤਨਾ ਕਿਤੇ ਦੋਰਾਵਾ ਕਿਉ ਹੈ ਕਿਤਨਾ ਕਿਤੇ ਵਿਲੱਖਣਤਾ ਦੀ ਕਮੀ ਕਿਉ ਦਿਖ ਰਹੀ ਹੈ ਕਿਤਨਾ ਕਿਤੇ ਗੁਰਦ ਆਮਾ ਦੇ ਵਿੱਚ ਉਹ ਨਿਕਲਿਆ ਸੰਦੇਸ਼ ਕਿ ਉਹ ਨਹੀਂ ਸਾਡੇ ਘਰ ਕਰ ਰਿਹਾ ਇਹ ਵੀ ਸੋਚਣਾ ਪਵੇਗਾ ਨਾ ਸੰਦੇਸ਼ ਤਾਂ ਘਰ ਕਰ ਰਿਹਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆਪਾਂ ਕੋਈ ਵੀ ਕੰਮ ਕਰਦੇ ਆ ਨਾ ਉਸ ਦੇ ਵਿੱਚੋਂ ਉਹ ਸਾਰਾ ਗਲਤ ਨਹੀਂ ਹੁੰਦਾ ਤੇ ਸਾਰਾ ਸਹੀ ਵੀ ਨਹੀਂ ਹੁੰਦਾ ਪਰ ਜਦੋਂ ਕੋਈ ਗੁਰਮਤ ਸਮਾਗਮ ਹੁੰਦਾ ਉਹਦੇ ਨਾਲ ਜੁੜੇ ਪ੍ਰਬੰਧਕਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਸ਼ੁਰੂ ਹੋ ਜਾਂਦਾ ਇੱਕ ਸਮਾਗਮ ਕਰਨ ਤੋਂ ਪਹਿਲਾਂ ਨਤੀਜਾ ਕਿ ਨਿਕਲੇਗਾ ਇੱਕ ਮਹੀਨਾ ਪਹਿਲਾਂ ਆਪਾਂ ਤਿਆਰੀ ਆਰੰਭ ਕਰਦੇ ਆ ਬਿਲਕੁਲ ਇਹ ਜੇ ਆਪਾਂ ਇਸ ਗੱਲ ਨੂੰ ਕਹਾਂਗੇ ਨਾ ਵੀ ਨਤੀਜਾ ਨਤੀਜਾ ਆਡਾ ਮਕਰਮ ਹੈ ਮਤਲਬ ਹੈ ਕਰਮ ਕਰਨਾ ਫਲ ਲਾਉਣਾ ਵੀ ਉਸ ਕਰਤੇ ਪੁਰਖ ਦੀ ਰਾਜ ਹੈ ਪਰ ਅੱਜ ਅਸੀਂ ਸਿਸਟਮ ਦੇ ਵਿੱਚ ਸਾਡੇ ਦੋ ਚੀਜ਼ਾਂ ਸਾਡੇ ਆ ਇੱਕ ਲੰਗਰ ਤੇ ਇੱਕ ਸਾਡੇ ਨਗਰ ਕੀਰਤਨ ਇਹਨਾਂ ਦੋਹਾਂ ਚੀਜ਼ਾਂ 'ਚ ਤੁਹਾਨੂੰ ਸਭ ਤੋਂ ਵੱਧ ਇਕੱਠ ਮਿਲੇਗਾ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਕਿ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸੀ ਤਾਂ ਉਸ ਦਿਨ ਬਹੁਤ ਬਾਰਿਸ਼ ਸੀ ਪਰ ਦੀਵਾਨ ਵਿੱਚ ਤਾਂ ਸੰਗਤ ਸਵਾਈ ਸੀ ਪਰ ਨਗਰ ਕੀਰਤਨ ਵਿੱਚ ਆਉਣ ਵਾਲਿਆਂ ਦੀ ਜਿਹੜੀ ਭਾਵਨਾ ਸੀ ਜਿੰਨੇ ਪੁਰਾਣੀ ਅੱਗੇ ਰੁਟੀਨ 'ਚ ਆਉਂਦੇ ਸੀ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚ ਗਏ ਜੁੜੇ ਉਹਦੇ ਇੱਕ ਕਾਰਨ ਬਹੁਤ ਸਾਰੇ ਸਾਡੇ ਵਿਚਾਰਵਾਣ ਇਹ ਗੱਲ ਕਹਿੰਦੇ ਆ ਕਿ ਨਗਰ ਕੀਰਤਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਪਰ ਜਿੱਡਾ ਸਾਡਾ ਉਹ ਪ੍ਰਚਾਰ ਦਾ ਇੱਕ ਵਧੀਆ ਸਾਧਨ ਹੈ ਜਦ ਕਾਰਨ ਇਹ ਕਿ ਉੱਥੇ ਮੈਂ ਤੇ ਤੁਸੀਂ ਸਾਰੇ ਖੁੱਲ੍ਹ ਕੇ ਉਹਦੇ ਵਿੱਚ ਸ਼ਾਮਲ ਹੈ ਜਿਸ ਦੀਵਾਨ ਸੱਜਦਾ ਨਾ ਤੋ ਉਥੇ ਇੱਕ ਸਟੇਜ ਸੈਕਟਰੀ ਆ ਤੇ ਇੱਕ ਬਲਾਰਾ ਬਾਕੀ ਬਹੁਤ ਬਾਕੀ ਸੰਗਤ ਸਰੋਤੇ ਦੇ ਰੂਪ ਚ ਬੈਠਦੀ ਆ ਪਰ ਬਹੁਤ ਥਾਵਾਂ ਤੇ ਪਰ ਜੇ ਅਸੀਂ ਕਿਤੇ ਜਿਵੇਂ ਸਾਡੇ ਚ ਵਿਚਾਰ ਗੋਸ਼ਟੀਆਂ ਹੁੰਦੀਆਂ ਸੈਮੀਨਾਰ ਹੋ ਰਹੇ ਆ ਕਿਤੇ ਨਾ ਕਿਤੇ ਨਾ ਸਾਨੂੰ ਛੋਟੇ ਪੱਦਰ ਤੇ ਗੁਰੂ ਘਰਾਂ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਅਸੀਂ ਬੱਚਿਆਂ ਦੀਆਂ ਕਲਾਸਾਂ ਲਾਉਨੇ ਤੇ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੋਂ ਇਹ ਕਾਰਜ ਸ਼ੁਰੂ ਕੀਤਾ ਸੀ ਕਿ ਜਿਹੜਾ arogh ਸਰੀਰ ਹੈ ਨਾ ਉਹ ਰੋ arogh ਮਨ ਨੂੰ ਜਨਮ ਦਿੰਦਾ ਤੇ ਉਹ ਸਵੇਰ ਦੇ ਵਕਤ ਬੱਚਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਗੁਰਮੁਖੀ ਦਾ ਗਿਆਨ ਵੰਡਦੇ ਸੀ ਤੇ ਸ਼ਾਮ ਨੂੰ ਉਹਨਾਂ ਦੀਆਂ ਕੁਸ਼ਤੀਆਂ ਵੀ ਕਰਾਉਂਦੇ ਸੀ ਯਾਨੀ ਕਿਤਨੇ ਕਿਤੇ ਗੁਰ ਇਤਿਹਾਸ ਵਾਲਾ ਪੀਰੀਅਡ ਦੌਰਾਨਾ ਪਵੇਗਾ ਉਹ ਸਿਧਾਂਤ ਤੋਂ ਪ੍ਰੈਕਟੀਕਲ ਰੂਪ ਦੋਹਰਾ ਗੁਰੂ ਘਰਾਂ ਵਿੱਚ ਲੈ ਕੇ ਆਉਣਾ ਪਵੇਗਾ ਤੁਸੀਂ ਇੱਥੇ ਗੱਲ ਕੀਤੀ ਸੀ ਕਿ ਕਰਮ ਕਰ ਰਹੇ ਆ ਫਲ ਦੀ ਇੱਛਾ ਪਰਮਾਤਮਾ ਦਵੇਗਾ ਪਰੰਤੂ ਜੇਕਰ ਸਿੱਖ ਸਿਧਾਂਤਾਂ ਦੀ ਗੱਲ ਕੀਤੀ ਜਾਵੇ ਸ਼ਾਇਦ ਸਿੱਖੀ ਦਾ ਕਨਸੈਪਟ ਨਹੀਂ ਸੀ ਕਿਦਾ ਕਨਸੈਪਟ ਤਾਂ ਨਿਸ਼ਚੈ ਕਰ ਆਪਣੇ ਜੀਤ ਕਰੋ ਹੈ ਭਾਵਨਾ ਕਰਕੇ ਸਿੱਖ ਆਵੇਗਾ ਨਾ ਸੇਖ ਦੇ ਮਨ ਦੀ ਭਾਵਨਾ ਹੁਣ ਜੇ ਕਰਮ ਦੀ ਅਸੀਂ ਗੱਲ ਕਰ ਰਹੇ ਆਂ ਤੇ ਗੁਰੂ ਅੰਗਦ ਸਾਹਿਬ ਜੀ ਬਾਲਕਾਂ ਨੂੰ ਪੜ੍ਹਾ ਰਹੇ ਨੇ ਉਹਨਾਂ ਦੀਆਂ ਕੁਸ਼ਤੀਆਂ ਕਰਾ ਰਹੇ ਨੇ ਤੇ ਮਾਤਾ ਖੀਵੀ ਜੀ ਉਹਨਾਂ ਦੇ ਲਈ ਦੇਸੀ ਘਿਓ ਵਾਲੀ ਠੀਰ ਵੀ ਬਣਾ ਕੇ ਰੇ ਹੁਣੇ ਆਪਾਂ ਗੱਲ ਕੀਤੀ ਆ ਵੀ ਅਸੀਂ ਗੁਰਮਤ ਸਮਾਗਮ ਕਰਦੇ ਆਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਅਸੀਂ ਲੰਗਰ ਲਾਉਨੇ ਆ ਲੰਗਰ ਲਾਉਣਾ ਵੀ ਸਾਡੀ ਪ੍ਰਥਾ ਹੈ ਜੀ ਇਹ ਵੀ ਸਾਡੇ ਇੱਕ ਪ੍ਰਚਾਰ ਦਾ ਸਾਧਨ ਹੈ ਅੱਜ ਕਿਸੇ ਸੇਖ ਨੂੰ ਅਸੀਂ ਦੇਖਦੇ ਆਂ ਜਾਂ ਗੁਰਦੁਆਰੇ ਦੇ ਵਿੱਚ ਝੂਲ ਦਾ ਨਿਸ਼ਾਨ ਸਾਹਿਬ ਦੇਖਦੇ ਆ ਭਾਵੇਂ ਉਹ ਪੰਜਾਬ ਦੀ ਧਰਤੀ ਤੇ ਹੋਵੇ ਜਾਂ ਪੰਜਾਬ ਤੋਂ ਬਾਹਰ ਪਰ ਉਹ ਇੱਕ ਗੱਲ ਦਾ ਸੂਚਕ ਹੈ ਕਿ ਇਸ ਸਥਾਨ ਤੋਂ ਭੁੱਖੇ ਨੂੰ ਪ੍ਰਸ਼ਾਦਾ ਜਿੰਨੇ ਕਿਤੇ ਕਿਤੇ ਕਹਿ ਸਕਦੇ ਲੋੜਵੰਦ ਦੀ ਲੋੜ ਪੂਰੀ ਹੋਵੇਗੀ ਸਾਡੀਆਂ ਜਿਹੜੀਆਂ ਪੁਰਾਣੀਆਂ ਪਰੰਪਰਾਵਾਂ ਨੇ ਵੀ ਕਿਤਨੇ ਕਿਤੇ ਪ੍ਰਚਾਰ ਦਾ ਸਾਧਨ ਬਣੀਆਂ ਨੇ ਹਾਂਜੀ ਪ੍ਰਚਾਰ ਕਰ ਰਹੀਆਂ ਨੇ ਸਾਨੂੰ ਇਹ ਜੋ ਪ੍ਰਾਤਨ ਮੈਥੋਲੋਜੀ ਸੀ ਗੁਰੂ ਸਾਹਿਬ ਜੀ ਦੀ ਪ੍ਰਚਾਰ ਕਰਨ ਦੀ ਜੀ ਭਾਵੇਂ ਉਹਦੇ ਵਿੱਚ ਲੰਗਰ ਹੀ ਕਿਉਂ ਨਾ ਸੀ ਲੰਗਰ ਤੋਂ ਪ੍ਰਭਾਵਿਤ ਹੋ ਗਏ ਜੇ ਭਗਤ ਪੂਰਨ ਸਿੰਘ ਜੀ ਦੀ ਗੱਲ ਅਸੀਂ ਕਰਦੇ ਆਂ ਉਹ ਇੱਕ ਬਰਾਬਰਤਾ ਹੀ ਤੋਂ ਪ੍ਰਭਾਵਿਤ ਹੋ ਕੇ ਕਿਹੜੀ ਤਰਫ ਆਏ ਜਾਂ ਅੱਜ ਵੀ ਅਸੀਂ ਬੜੀ ਥਾਵਾਂ ਤੇ ਗੱਲ ਕਰਦੇ ਆਂ ਹਰਿਆਣੇ ਵਿੱਚ ਜਦੋਂ ਇੱਕ ਅੱਜ ਵੀ ਦੁਨੀਆਵੀ ਤੌਰ ਤੇ ਜਿਸ ਨੂੰ ਵੰਚਿਤ ਵਰਗ ਅਸੀਂ ਕਹਿ ਸਕਦੇ ਆਂ ਬਰਾਬਰੀ ਦਾ ਪੂਰਾ ਹਾਨੀ ਨਹੀਂ ਜੀ ਉਹ ਵੀ ਜਦੋਂ ਇੱਕ ਅਮੀਰ ਦੇ ਨਾਲ ਬੈਠ ਕੇ ਲੰਗਰ ਛਕਦਾ ਉਹਨੂੰ ਕੌਨਫੀਡੈਂਸ ਆਉਂਦਾ ਵੀ ਹਾਂ ਮੇਰੀ ਵੀ ਕੋਈ ਹੋਂਦ ਹੈ ਬਾਕੀ ਗੱਲ ਅਸੀਂ ਕਰ ਰਹੇ ਸੀ ਵੀ ਲਗਾਤਾਰੀ ਵੇਖੋ ਜਿਹੜਾ ਦੀਵਾਨ ਲਗਾਤਾਰ ਲੱਗਣਾ ਹੈ ਨਾ ਇੱਕੋ ਦਿਨ ਅਸੀਂ ਤਕਰੀਬਨ 2 ਲੱਖ ਦਾ ਖਰਚ ਕਰ ਦਿੱਤਾ ਇਹ ਏਵੇਂ ਹੈ ਜਿਵੇਂ ਮੂਲਾਦਾਰ ਵਰਖਾ ਪੈਂਦੀ ਹੈ ਨਾ ਉਹ ਮੀਂਹ ਕਿੰਨਾ ਪੈਂਦਾ ਹੈ ਉਹ ਹੱਦ ਤੇ ਲੈ ਕੇ ਆ ਜਾਂਦਾ ਹੈ ਉਹ ਧਰਤੀ ਦੇ ਵਿੱਚ ਕੰਮ ਕੋਈ ਨਹੀਂ ਸਮਾਉਂਦਾ ਕੋਈ ਨਹੀਂ ਯਾਨੀ ਕਿ ਗੁਰੂ ਘਰ ਦੇ ਵਿੱਚ ਹੋਣ ਵਾਲੇ ਕਾਰਜਾਂ ਨੂੰ ਵੀ ਕੰਟੀਨਿਊ ਪ੍ਰੋਸੈਸ ਵਿੱਚ ਰੱਖਿਆ ਜਾਵੇ ਇੱਥੇ ਸਮਝਣ ਦੀ ਲੋੜ ਹੈ 3 ਲੱਖ ਰੁਪਇਆ ਜੋ ਲਗਾ ਰਹੇ ਹਾਂ ਕਿਤੇ ਅਸੀਂ ਅਜਾਈ ਤੇ ਨਹੀਂ ਗੁਆਰੇ ਉਹਨੂੰ ਲਗਾਓ 3 ਲੱਖ ਨੂੰ ਇਕੱਠਾ ਵੀ ਕਰੋ ਕਿਉਂ ਨਾ ਅਸੀਂ 1 ਸਾਲ ਲਗਾਤਾਰ ਗੁਰਮਤਿ ਕਲਾਸਾਂ ਲਗਾ ਦਈਏ ਕਿਸੇ ਚੰਗੇ ਪ੍ਰੋਫੈਸਰ ਨੂੰ ਬੁਲਾ ਕੇ ਕੋਈ 15-20 ਹਜ਼ਾਰ ਰੁਪਏ ਮਹੀਨੇ ਦਾ ਉਹਨੂੰ ਦਈਏ ਔਰ ਉਸ ਤੋਂ ਫਿਰ ਅਸੀਂ ਆਉਟਪੁੱਟ ਦੀ ਆਸ ਰੱਖੀ ਵੀ ਭਾਈ ਤੁਸੀਂ ਕੀ ਪੜਾਇਆ ਇਹਨਾਂ ਨੂੰ ਸੰਗਤ ਆ ਰਹੀ ਏ ਕੀ ਸਟੱਡੀ ਮੈਥੇ ਕਈ ਵਾਰੀ ਅਸੀਂ ਸੋਚਦੇ ਅੱਜ ਅਸੀਂ ਗੁਰਮਤਿ ਕਲਾਸਾਂ ਲਗਾਉਨੇ ਆ ਅਸੀਂ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਵੀ ਤੁਸੀਂ ਪੈਸਾ ਤੇ ਲਗਾਉਣਾ ਹੀ ਐ ਕਿਉਂ ਨਾ ਤੁਸੀਂ ਸਾਨੂੰ 1 ਸਾਲ ਦਾ ਪੂਰਾ ਟਾਈਮ ਦਿਓ ਅਸੀਂ ਇੱਕ ਸਾਲ ਚ ਸੰਗਤ ਨੂੰ ਗੁਰਦੁਆਰੇ ਲਈ ਪ੍ਰੇਰਿਤ ਵੀ ਕਰਾਂਗੇ ਬਿਲਕੁਲ ਉਹਨਾਂ ਨੂੰ ਉੱਥੇ ਬੁਲਾਵਾਂਗੇ ਔਰ ਰੋਜ਼ ਰੋਜ਼ ਥੋੜਾ ਥੋੜਾ ਇੱਕੋ ਦਮ ਨਹੀਂ ਅਸੀਂ ਉਹਨਾਂ ਕਹਿ ਦੇਈਏ ਤੂੰ ਅੱਜ ਹੀ ਖਾਲਸਾ ਬਣ ਜਾ ਮੈਨੂੰ ਕੱਲ ਇੱਕ ਸਿੰਘ ਦੀ ਬੜੀ ਗੱਲ ਸੋਹਣੀ ਵੀ ਲੱਗੀ ਅਸੀਂ ਜਿਵੇਂ ਇੱਕ ਮਾਲਾ ਹੁੰਦੀ ਹੈ ਨਾ ਉਹਦੇ ਵਿੱਚ ਮੋਤੀ ਹੁੰਦੇ ਨੇ ਮੰਨ ਲਓ ਪਹਿਲਾਂ ਸਾਨੂੰ ਮੋਤੀ ਤਿਆਰ ਕਰਨਾ ਪੈਂਦਾ ਹੈ ਮੂਲ ਧਾਰਾ ਵਿੱਚ ਮੋਤੀ ਫੇਰ ਪੈਂਦਾ ਹੈ ਮਾਲਾ ਵਿੱਚ ਤੇ ਬਾਅਦ ਵਿੱਚ ਧਾਗੇ ਵਿੱਚ ਬਾਅਦ ਵਿੱਚ ਪਏਗਾ ਸਬਜੀਤ ਸਿੰਘ ਤੁਸੀਂ ਦੋ ਸ਼ਬਦਾਂ ਵਿੱਚ ਕਿਵੇਂ ਇਹ ਬਿਆਨ ਕਰੋਗੇ ਕਿ ਅਸੀਂ ਆਉਣ ਵਾਲੀ ਸੰਕਤ ਵਾਸਤੇ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਿਸ ਤਰ੍ਹਾਂ ਪ੍ਰਬੰਧ ਕੀਤਾ ਜਾ ਸਕੇ ਤਾਂ ਜੋ ਨੌਜਵਾਨ ਬਜ਼ੁਰਗ ਬੱਚੇ ਚਾਈ ਚਾਈ ਗੁਰੂ ਘਰ ਆਣ ਜਿਹੜੀ ਸਿੱਖ ਦੇ ਮਨ ਦੀ ਭਾਵਨਾ ਨਾ ਉਹਦਾ ਕੋਈ ਮੋਲ ਨਹੀਂ ਜਦੋਂ ਅਸੀਂ ਭਾਵਨਾ ਦੇ ਵਿੱਚ ਗੁਰੂ ਸ਼ਰਧਾ ਦੇ ਵਿੱਚ ਗੁਰੂ ਪਿਆਰ ਦੇ ਵਿੱਚ ਧਰਮ ਜੋੜਦਾ ਹੈ ਤੋੜਦਾ ਨਹੀਂ ਤੇ ਜਦੋਂ ਅਸੀਂ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਕੋਈ ਕਾਰਜ ਕਰਾਂਗੇ ਨਾ ਉਹ ਸਮੇਂ ਦੇ ਨਾਲ ਜਿਹੜਾ ਨਾ ਸਾਰਥਕ ਹੀ ਉਹਦੇ ਨਤੀਜੇ ਨਿਕਲਣਗੇ ਮੈਂ ਤਾਂ ਇਹ ਸਮਝਦਾ ਜਿਵੇਂ ਅਸੀਂ ਕਈ ਮੇਰੀ ਫਿਲਮਾਂ ਵੈਨੋ ਕਹਿੰਦੇ ਵੀ ਅਗਰ ਤੁਹਾਨੂੰ ਇੱਕ ਦਿਨ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਤੁਸੀਂ ਕੀ ਕਰੋਗੇ ਇੱਕ ਪ੍ਰਚਾਰਕ ਸੋਚਦਾ ਇਹ ਵੀ ਤੈਨੂੰ ਇੱਕ ਦਿਨ ਲਈ ਕਿਸੇ ਅਹੁਦੇ ਤੇ ਕਿਸੇ ਐਸੇ ਪ੍ਰਬੰਧਕੀ ਅਹੁਦੇ ਤੇ ਬਿਠਾ ਦਿੱਤਾ ਤਾਂ ਤੁਸੀਂ ਕੀ ਕਰੋਗੇ ਮੈਂ ਸੋਚਦਾ ਜੇ ਬਿਠਾ ਦਿੱਤਾ ਜਾਏ ਜਾਂ ਐਸੀ ਕੋਈ ਪਾਵਰ ਸਾਡੇ ਹੱਥ ਵਿੱਚ ਆਵੇ ਅਸੀਂ ਸੰਗਤ ਦਾ ਜਿਹੜਾ ਅੱਜ ਦਾ ਰੁਝਾਨ ਹੈ ਸੰਗਤ ਡੇਲੀ ਸਾਡੇ ਗੁਰਦੁਆਰਿਆਂ ਵਿੱਚ ਨੋਟਿਸ ਬੋਰਡ ਉੱਥੇ ਜਿਹੜੇ ਸਾਡੇ ਹੁਕਮਨਾਮੇ ਨੇ ਉਹਨਾਂ ਦੀ ਪ੍ਰੋਪਰ ਮਤਲਬ ਪੂਰੀ ਦੀ ਪੂਰੀ ਵਿਆਖਿਆ ਉੱਥੇ ਛੋਟੇ ਛੋਟੇ ਉਹਦੇ ਵਿੱਚ ਨਾਲ ਦੀ ਨਾਲ ਕੋਈ ਵੀ ਸਾਡਾ ਗੁਰਪੁਰੂ ਆ ਰਿਹਾ ਉਹਦੇ ਜਿਵੇਂ ਅਸੀਂ ਕਿਸੇ ਵੀ ਕੰਮ ਨੂੰ ਬਣਾਉਣ ਤੋਂ ਪਹਿਲਾਂ ਉਹਦੀ ਹੋਲਡਿੰਗਸ ਲਾਉਂਨੇ ਆ ਵੀ ਤਾਂ ਜੋ ਉਹਦਾ ਪੂਰਾ ਮੋਟੀਵੇਟ ਹੋ ਸਕੇ ਬਿਲਕੁਲ ਐਵੇਂ ਉਹਨੂੰ ਪੂਰਾ ਚੰਗੇ ਤਰੀਕੇ ਨਾਲ ਪ੍ਰਸਾਰਿਤ ਜਿਸ ਤੋਂ ਸੰਗਤ ਦੇ ਮਨ ਵਿੱਚ ਰੋਜ਼ ਰੋਜ਼ ਉਹ ਗੱਲ ਕਹਿ ਕਹਿ ਕੇ ਕਹਿ ਕਹਿ ਕੇ ਇੱਕ ਦਿਨ ਉਹਦੇ ਮਨ ਵਿੱਚ ਉਹ ਗੱਲ ਬੈਠ ਜਾਏ ਇਸ ਤਰੀਕੇ ਨਾਲ ਅਸੀਂ ਪ੍ਰਚਾਰ ਤੇ ਪ੍ਰਸਾਰ ਨੂੰ ਅੱਗੇ ਨਿਭਾਵਾਂਗੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਹੁਣ ਸਾਨੂੰ ਦਿਵਾ ਗਿਆ ਅਗਲੀ ਵਾਰ ਫਿਰ ਮਿਲਾਂਗੇ ਨਵਾਂ ਵਿਚਾਰ ਲੈ ਕੇ ਤਦ ਤੱਕ ਸਿ ਆਪ ਸਹਾਰਾ ਤੁਖੇਮਾ ਤੇ ਜਾਚਕ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ